There is a lot of difference between syndrome and symptom. There is a lot of difference between syndrome and symptom. ਇਹਦਾ ਮਤਲਬ ਹੈ ਪੰਜਾਬੀ ਵਿੱਚ ਕਿ ਜਦੋਂ ਸਰੀਰ ਦੇ ਵਿੱਚ ਬਹੁਤ ਸਾਰੇ ਸਿਸਟਮ ਹੈ, ਹੱਡੀ ਪਿੰਜਰ ਪ੍ਰਣਾਲੀ ਵੀ ਹੈ, ਡਾਈਜੈਸਟਿਵ ਸਿਸਟਮ ਵੀ ਹੈ, ਨਰਵਸ ਸਿਸਟਮ ਵੀ ਹੈ। ਕਿਸੇ ਦੇ ਪੇਟ 'ਚ ਦਰਦ ਹੁੰਦਾ ਤਾਂ ਬੰਦਾ ਕਹਿੰਦਾ ਕਿ ਮੇਰਾ ਪਾਚਕ ਪ੍ਰਣਾਲੀ ਖਰਾਬ ਹੈ। ਵੈਨਐਵਰ ਇੱਕ ਪਰਸਨ ਕੰਪਲੇਨਸ ਆਫ ਵੋਮਿਟਿੰਗ ਔਰ ਡਾਇਰੀਆ, ਵੀ ਸਸਪੈਕਟ ਕਿ ਉਹਦਾ ਡਾਈਜੈਸਟਿਵ ਸਿਸਟਮ ਖਰਾਬ ਹੈ। ਕਾਮਨ ਗੱਲ, ਕੋਈ ਕਹਿੰਦਾ ਕਿ ਮੇਰੇ ਚਮੜੀ ਦੇ ਉੱਪਰ ਕੋਈ ਪ੍ਰੋਬਲਮ ਹੋਵੇ, ਆਪਾਂ ਕਹਿੰਦੇ ਉਹਦੀ ਸਕਿਨ ਖਰਾਬ। ਕੋਈ ਕਹਿੰਦਾ ਮੇਰੇ ਸਿਰ 'ਚ ਅੰਦਰ ਦਰਦ ਹੁੰਦਾ ਜਾਂ ਮੈਨੂੰ ਰਾਤੀ ਨੀਂਦ ਨਹੀਂ ਆਉਂਦੀ, ਇਟ ਇਜ਼ ਕੰਸਰਨ ਵਿਦ ਨਰਵਸ ਸਿਸਟਮ। ਬਟ ਵੈਨ ਯੂਅਰ ਸਿਮਟਮ ਇਰਪਟ ਫਰੋਮ, ਜਦੋਂ ਤੁਹਾਡੇ ਜਿਹੜੇ ਰੋਗ ਦੇ ਲੱਛਣ ਹੈ ਉਹ ਇੱਕ ਸਿਸਟਮ 'ਚੋਂ ਨਾ ਲੰਘ ਕੇ ਕਈ ਸਿਸਟਮਾਂ 'ਚੋਂ ਲੰਘਣ, ਜਿਵੇਂ ਮੰਨ ਲਓ ਮੇਰੀ ਹੱਡੀ ਵੀ ਦੁੱਖ ਰਹੀ ਹੈ, ਕੰਨ ਵੀ ਦੁੱਖ ਰਿਹਾ, ਅੱਖ ਵੀ ਦੁੱਖ ਰਹੀ ਹੈ, ਤਾਂ ਫਿਰ ਮੈਂ ਹੱਡੀ ਵਾਲੇ ਡਾਕਟਰ ਕੋਲ ਜਾਵਾਂਗਾ ਕਿ ਅੱਖ ਵਾਲੇ ਕੋਲ ਜਾਵਾਂਗਾ, ਮਲਟੀਪਲ ਹੋ ਗਿਆ। ਇਹਨੂੰ ਕਹਿੰਦੇ ਨੇ ਸਿੰਡਰੋਮ। ਸਿੰਡਰੋਮ ਮੀਨਸ ਅ ਸਿੰਪਟਮ ਕੋਰਪਟਿੰਗ ਫਰੋਮ ਡਿਫਰੈਂਟ ਸਿਸਟਮ, ਅਲੱਗ ਅਲੱਗ ਸਿਸਟਮ, ਚਾਹੇ ਉਹ ਡਾਈਜੈਸਟਿਵ ਸਿਸਟਮ ਹੈ, ਸਕੈਲੇਟਲ ਸਿਸਟਮ ਹੈ, ਚਾਹੇ ਉਹ ਹੀਅਰਿੰਗ ਸਿਸਟਮ ਹੈ, ਚਾਹੇ ਸੈਂਸ ਔਰਗਨਸ ਹੈ। ਦੇਰ ਇਜ਼ ਅ ਕਾਊਸ, ਕਾਊਸ ਦਾ ਮਤਲਬ ਕਨਫਿਊਜ਼ਨ ਹੋ ਜਾਂਦੀ ਹੈ। ਜਿਵੇਂ ਮੇਰੇ ਪਿੱਠ 'ਚ ਦਰਦ ਹੋ ਰਿਹਾ ਤਾਂ ਸਭ ਤੋਂ ਪਹਿਲੀ ਕਾਰਨ ਹੈ ਕਿ ਮੈਂ ਔਰਥੋਪੈਡਿਕਸ ਵਾਲੇ ਦਿਖਾਵਾਂਗਾ। ਔਰਥੋਪੈਡਿਕਸ ਵਾਲੇ ਕਹਿੰਦਾ ਮੇਰਾ ਕੇਸ ਨਹੀਂ ਹੈ, ਤੁਹਾਨੂੰ ਕੋਈ ਯੂਰਿਨ ਦੀ ਪ੍ਰੋਬਲਮ ਹੈ ਇਸ ਕਰਕੇ ਹੋ ਰਿਹਾ। ਫਿਰ ਮੈਂ ਯੂਰਿਨ ਸਪੈਸ਼ਲਿਸਟ ਕੋਲ ਚਲਾ ਜਾਵਾਂਗਾ, ਕਿਉਂਕਿ ਰੈਫਰ ਪੇਨ ਪਿੱਠ 'ਤੇ ਹੁੰਦਾ। ਰੈਫਰ ਦਾ ਮਤਲਬ ਹੈ ਜਿਵੇਂ ਇੱਕ ਲੜਕੀ ਹੈ ਉਹਦੇ ਹੱਟਾਂ 'ਤੇ ਦਰਦ ਹੁੰਦਾ, ਪਿੱਠ 'ਤੇ ਦਰਦ ਹੁੰਦਾ, ਇਹਦਾ ਕੋਈ ਗਾਇਨੀ ਦੀ ਪ੍ਰੋਬਲਮ ਹੈ। ਇਹਦਾ ਮਤਲਬ ਨਹੀਂ ਕਿ ਔਰਥੋਪੈਡਿਕ ਗਾਇਨੀ ਦੀ ਪ੍ਰੋਬਲਮ ਨੂੰ ਲੈ ਕੇ ਉਹ ਹੱਲ ਕਰਾਂਗੇ ਪਿੱਠ ਦੀ ਦਰਦ ਠੀਕ ਹੋ ਜਾਏਗੀ। ਇੱਥੇ ਪੈਨਕ੍ਰੀਆਸ ਹੈ ਗਲੈਂਡ, ਅਗਰ ਇੱਥੇ ਦਰਦ ਹੁੰਦਾ ਟਿਪ ਆਫ ਸ਼ੋਲਡਰ 'ਤੇ ਦਰਦ ਹੋਏਗਾ, ਬੰਦਾ ਕਨਫਿਊਜ਼ ਹੋ ਜਾਏਗਾ, ਔਰਥੋ ਵਾਲੇ ਚਲੇ ਜਾਏਗਾ। ਸਿੰਡਰੋਮ ਦਾ ਮਤਲਬ ਹੈ ਵੈਨ ਇਟ ਇਜ਼ ਨੋਟ ਸਪੈਸੀਫਾਈਡ ਟੂ ਸਿੰਗਲ ਸਿਸਟਮ। ਸਿਸਟਮ ਦਾ ਮਤਲਬ ਇੱਕ ਪ੍ਰਣਾਲੀ ਨਾਲ ਨਹੀਂ, ਕਈ ਪ੍ਰਣਾਲੀਆਂ ਨਾਲ ਸੰਬੰਧਿਤ। ਅੱਜ ਤਾਂ ਸਿੰਪਟਮ ਕੀ ਹੁੰਦਾ, ਉਹਦਾ ਲੱਛਣ ਹੁੰਦਾ ਨੈਚੁਰਲੀ, ਅੱਖ ਦੁੱਖ ਰਹੀ ਹੈ, ਸਿਰ ਦੁੱਖ ਰਿਹਾ, ਨੱਕ 'ਚੋਂ ਪਾਣੀ ਆ ਰਿਹਾ, ਅੱਖ 'ਚੋਂ ਪਾਣੀ ਆ ਰਿਹਾ, ਮੂੰਹ 'ਚ ਛਾਲੇ ਹੈ, ਇਹ ਤਾਂ ਇੱਕ ਸਿੰਪਟਮ ਹੈ। ਜਿਵੇਂ ਏਡਸ ਹੈ, ਐਕਵਾਇਰਡ ਡੈਫੀਸ਼ੈਂਸੀ, ਐਕਵਾਇਰਡ ਇਮਿਊਨੋ ਡੈਫੀਸ਼ੈਂਸੀ ਸਿੰਡਰੋਮ। ਸਿੰਡਰੋਮ ਮੀਨਸ ਏਡਸ ਵਿੱਚ, ਅਤੇ ਹੋਰ ਕਈ ਤਰ੍ਹਾਂ ਦੇ ਸਿੰਡਰੋਮਸ ਹੈਗੇ ਜਿਨ੍ਹਾਂ ਵਿੱਚ ਸਕਿਨ ਦੀ ਵੀ ਬਿਮਾਰੀ ਆ ਰਹੀ ਹੈ, ਗਲਾ ਵੀ ਖਰਾਬ ਹੋ ਰਿਹਾ, ਤਾਂ ਉਹਨੂੰ ਸਿੰਡਰੋਮ ਕਹਿੰਦੇ। ਕਲੀਅਰ ਹੈ? ਅੱਜ ਅਸੀਂ ਪੜ੍ਹਨ ਚੱਲੇ ਹਾਂ ਰੈਪੈਨਜ਼ੋਲ ਸਿੰਡਰੋਮ, ਜਿਸ ਸਾਇੰਟਿਸਟ ਦਾ ਨਾਮ ਸੀ ਉਹਦੇ ਨਾਮ 'ਤੇ। ਨਾਮ ਬੜਾ ਅਲੱਗ ਜਿਹਾ ਹੈ। ਜਿਹੜੀਆਂ ਨਰਸਾਂ ਹੁੰਦੀਆਂ ਉਹ ਇੱਕ ਟੈਸਟ ਕਲੀਅਰ ਕਰਦੀਆਂ, ਨੈਨ ਐਨਕਲੈਕਸ, ਅਗਰ ਕੈਨੇਡਾ ਆਸਟ੍ਰੇਲੀਆ, ਆਸਟ੍ਰੇਲੀਆ ਨਹੀਂ ਸੋਰੀ ਅਮੈਰੀਕਾ ਜਾਣਾ, ਅਗਰ ਇਹ ਕਲੀਅਰ ਨਹੀਂ ਹੁੰਦਾ ਤਾਂ ਨਰਸ ਜਿਹੜੀ ਹੈ ਕਾਰ ਨੂੰ ਵਾਸ਼ ਕਰਦੀ ਹੈ। ਇਹ ਕਿਸੇ ਨਰਸ ਨੂੰ ਨਹੀਂ ਪਤਾ, ਮੋਸਟਲੀ ਨਰਸਿਸ ਨੂੰ ਅਵੇਅਰਨੈਸ ਹੀ ਨਹੀਂ ਹੈ ਪੰਜਾਬ ਵਿੱਚ ਖਾਸ ਕਰ ਕਿ ਐਨਕਲੈਕਸ ਕੀ ਹੁੰਦਾ। ਇੱਕ ਨਰਸ ਨਾਲ ਇੱਕ ਲੜਕਾ ਵਿਆਹ ਕਰ ਲੈਂਦਾ ਅੱਛੀ ਨਰਸ ਨਾਲ, ਐਮਐਸਸੀ ਨਰਸ ਹੈ, ਕਿ ਉਹਦੀ ਬਾਹਰ ਚਲਾ ਜਾਏ। ਆਪਣੀ ਫੈਮਿਲੀਆਂ 'ਚ ਵੀ ਇਹੀ ਹੈ ਕਿ ਨਰਸਿੰਗ ਕਰੋ ਅਤੇ ਬਾਹਰ ਜਾਓ, ਐਸਾ ਕੁਛ ਨਹੀਂ ਹੈ। ਉਹ ਜਾ ਸਕਦੀ ਹੈ ਬਾਹਰ ਕੋਰਸ ਦੇ, ਸਟੱਡੀ ਬੇਸ 'ਤੇ, ਹੋਰ ਕਈ, ਪਰ ਉਹ ਉੱਥੇ ਨਰਸਿੰਗ ਦਾ ਪ੍ਰੋਫੈਸ਼ਨ ਅਡੋਪਟ ਨਹੀਂ ਕਰ ਸਕਦੀ ਜਦ ਤੱਕ ਇਹ ਟੈਸਟ ਕਲੀਅਰ ਨਹੀਂ ਹੁੰਦਾ। ਇਹ ਟੈਸਟ ਕਲੀਅਰ ਹੀ ਨਹੀਂ ਹੋਣਾ ਜਦ ਤੱਕ ਸਾਡੇ 7 ਬੈਂਡ ਨਹੀਂ ਆਉਣੇ। ਸਾਡੇ 7 ਬੈਂਡ ਇੱਕ ਪੰਜਾਬੀ ਬੰਦੇ ਦੇ ਆਉਣੇ ਹੀ ਸੰਭਵ ਹੈ। ਕਲੀਅਰ ਕੱਟ ਹੋ ਗਈ ਗੱਲ। ਦੂਸਰੀ ਗੱਲ, ਐਨਕਲੈਕਸ ਟੈਸਟ ਕਲੀਅਰ ਵੀ ਕਰ ਲਿਆ। ਕਲੀਅਰ ਕਿਵੇਂ ਕੀਤਾ? ਆਇਲਸ ਦੇ ਵਿੱਚ ਚੰਗੇ ਬੈਂਡ ਲਏ, ਅਤੇ ਫਿਰ ਵਟ ਆਫਟਰ? ਇਹੋ ਜਿਹੀ ਵੀ ਨਰਸਾਂ ਉੱਧਰ ਬੈਠੀਆਂ ਐਨਕਲੈਕਸ ਕਲੀਅਰ ਕਰਕੇ, ਅੱਗੇ ਕੁਛ ਨਹੀਂ ਹੋਣਾ ਉਹਨਾਂ ਦਾ। ਕਾਰਨ ਕੀ ਹੈ ਕਿ ਉਹਨਾਂ ਕੋਲ ਸੋਸ਼ਲ ਸਿਕਿਉਰਿਟੀ ਨੰਬਰ ਹੀ ਨਹੀਂ ਹੈ। ਸੋਸ਼ਲ ਸਿਕਿਉਰਿਟੀ ਨੰਬਰ ਕਿ ਉਹਨਾਂ ਕੋਲ ਉੱਥੋਂ ਦੀ ਸਿਟੀਜ਼ਨਸ਼ਿਪ ਨਹੀਂ ਹੈ, PR ਹੀ ਨਹੀਂ ਹੈ। ਇਹਨੂੰ ਮਤਲਬ ਮਿੱਟੀ ਹੋ ਗਿਆ। ਲੈਕ ਆਫ ਅਵੇਅਰਨੈਸ ਕਰਕੇ, ਡਿਊ ਟੂ ਲੈਕ ਆਫ ਅਵੇਅਰਨੈਸ, ਮੈਨੀ ਪੀਪਲ ਕੇਮ ਇਨ ਟੂ ਪ੍ਰੋਬਲਮ ਐਂਡ ਕਮ ਇਨ ਟੂ ਪ੍ਰੋਬਲਮ। ਉਹ ਅੱਜ ਜਾਂ ਕੱਲ੍ਹ ਆਉਂਦੇ ਹੋ ਸੁਪੀਰੀਅਰ ਕੰਪਲੈਕਸ ਵਿੱਚ, ਪੰਜਾਬੀ ਖਾਸ ਕਰ ਆਉਂਦੇ, ਉਹਨਾਂ ਤੋਂ ਇਹ ਹੈ ਕਿ ਅਸੀਂ ਬਾਹਰ ਚਲੇ ਗਏ। ਬਾਹਰ ਜਾਣ ਦੇ ਨਾਲ ਵੀ ਡਿਪੋਰਟ ਹੋਣਗੇ ਕਿਸੇ ਸਟੇਜ 'ਤੇ। ਮੈਂ ਇੱਥੇ ਤਾਂ ਇਹ ਗੱਲ ਕੀਤੀ ਹੈ, ਇਹ ਜਿਹੜਾ ਵੀਡੀਓ ਦੇਖੇਗਾ ਉਹ ਵਾਲੀਆਂ ਵੀ ਦੇਖਣਗੇ ਲੜਕੀਆਂ, ਕਿਉਂਕਿ ਉਹਦੇ 'ਚ ਟੋਪਿਕ ਵੀ ਆਉਂਦਾ। ਇਸ ਤਰ੍ਹਾਂ ਹੀ ਤੁਹਾਡੇ ਵਿੱਚ ਜਿੰਨੇ ਹੈਗੇ ਬੱਚੇ, ਬੱਚਿਆਂ ਦੀ ਕੇਅਰ ਜਾਂ ਡਿਸੇਬਲਡ ਜਾਂ ਓਲਡ ਏਜ ਕੇਅਰ ਵਾਸਤੇ ਜਾਣਗੇ, ਉਹਨਾਂ ਦੇ ਵਿੱਚ ਜਿਹੜੇ ਬੱਚੇ ਟੀਨ ਵਾਲੇ, ਟੀਨ ਦਾ ਮਤਲਬ 13 ਤੋਂ 19 ਨੂੰ ਅਸੀਂ ਕਹਿੰਦੇ ਹਾਂ ਟੀਨ ਏਜ, 13 ਤੋਂ 19 ਸਾਲ ਦੀ ਨੂੰ ਕਹਿੰਦੇ ਹਾਂ ਟੀਨ ਏਜ, ਕੀ ਕਹਿੰਦੇ ਟੀਨ ਏਜ। ਕੁਛ ਟੀਨ ਏਜਰਸ ਜਿਹੜੇ ਹੈਗੇ ਦੇਖਿਆ ਉਹ ਆਪਣੇ ਵਾਲ ਖਾਂਦੇ,
ਸੋਚਿਆ ਜਿਵੇਂ ਕਈ ਵਾਰੀ ਤੁਸੀਂ ਆਪਣੇ ਪਾਪਾ ਨੂੰ ਜਾਂ ਕਿਸੇ ਨੂੰ ਦੇਖਿਆ ਹੋਏਗਾ, ਉਹ ਐਵੇਂ ਐਵੇਂ ਕਰਨ ਲੱਗ ਜਾਣਗੇ ਜਾਂ ਕੋਈ ਐਵੇਂ ਐਵੇਂ ਕਰਨ ਲੱਗ ਜਾਏਗਾ, ਕੋਈ ਲੜਕੀਆਂ ਐਵੇਂ ਕਰਦੀਆਂ ਫੋਲਡਿੰਗ ਵਿਦ ਸਿਲੈਂਡਰੀਕਲ ਓਬਜੈਕਟ, ਇਹ ਵੀ ਐਂਗਜ਼ਾਇਟੀ ਡਿਸਆਰਡਰ। ਹੁਣ ਇਹਨੂੰ ਥੋੜ੍ਹਾ ਸਮਝਣਾ, ਅਸੀਂ ਜਿਹੜੀ ਸਾਡੇ ਕੋਲ ਬੱਚਾ ਹੈ ਉਹਨੂੰ ਸਮਝਣਾ, ਜਿਹੜਾ ਬੱਚਾ ਵਾਲ ਖਾਂਦਾ ਹੈਗਾ ਉਹਨੂੰ ਵੋਮਿਟਿੰਗ ਡਾਇਰੀਆ ਹੋ ਜਾਣੀ, ਉਹ ਸੋਚੇਗਾ ਜਦੋਂ ਵੀ ਲੋਨਲੀ ਰਹੇਗਾ, ਇੱਕ ਨੈਨੀ ਜਿਹੜੀ ਆ ਉਹਦੀ ਕੇਅਰ ਕਰ ਰਹੀ ਹੈ ਚਾਹੇ ਲੜਕੀ ਹੈ ਚਾਹੇ ਲੜਕਾ, ਤਾਂ ਵੋਮਿਟਿੰਗ ਡਾਇਰੀਆ ਤਾਂ ਆਮ ਗੱਲ ਹੈ, ਉੱਠੀ ਆਉਣੀ ਲੈਟਰੀਨ ਖੁੱਲ੍ਹ ਕੇ ਆਉਣੀ ਇਹ ਤਾਂ ਆਮ ਗੱਲ ਹੈ। ਅੰਟਿਲ ਅਨਲੈਸ ਤੁਹਾਨੂੰ ਕਦੋਂ ਪਤਾ ਲੱਗੇਗਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਵਾਲ ਖਾਣਾ ਵੀ ਐਂਗਜ਼ਾਇਟੀ ਡਿਸਆਰਡਰ ਹੈ, ਡਿਪਰੈਸ਼ਨ ਦੀ ਨਿਸ਼ਾਨੀ ਹੈ, ਜਦੋਂ ਆਪਣੇ ਕੋਲ ਟਾਈਮ ਨਾ ਪਾਸ ਹੁੰਦਾ ਹੋਵੇ। ਇਸ ਕਰਕੇ ਜਿਹੜੇ ਅਗਰ ਬੱਚੇ ਹੈ ਤਾਂ ਬੱਚੇ ਵੀ ਅਡਲਟ ਹੋ ਜਾਂਦੇ ਜਿਵੇਂ ਮਿੱਟੀ ਖਾਂਦੇ ਆ, ਤਾਂ ਉਹਨਾਂ ਦੇ ਦੋਨੋਂ ਪੇਰੈਂਟਸ ਅਗਰ ਘਰ ਨਹੀਂ ਹੁੰਦੇ ਤਾਂ ਉਹ ਸੋਚਦੇ ਸੋਚਦੇ ਹੀ ਇਹ ਚੀਜ਼ ਕਰਨ ਲੱਗ ਜਾਂਦਾ। ਉਹਨੂੰ ਨੈਣੀ ਨੂੰ ਧਿਆਨ ਰੱਖਣਾ ਕਿ ਉਹ ਵਾਲ ਨਾ ਖਾਏ, ਅਗਰ ਉਹ ਉਸ ਹੈਬਿਟ 'ਚ ਹੈ ਤਾਂ ਇਹ ਹੋ ਸਕਦਾ। ਐਂਡੋਸਕੋਪੀ ਕੀ ਹੁੰਦੀ ਹੈ, ਨੱਕ ਰਾਹੀਂ ਇੱਕ ਟਿਊਬ ਪਾਈ ਜਾਂਦੀ ਹੈ ਅਤੇ ਅੰਦਰ ਦਾ ਸਾਰਾ ਸਟੇਟਸ ਪਤਾ ਲੱਗ ਜਾਂਦਾ, ਖਾਸ ਕਰ ਕਿਸੇ ਨੂੰ ਵੋਮਿਟਿੰਗ ਡਾਇਰੀਆ ਲੰਬੇ ਟਾਈਮ ਤੋਂ ਆਉਂਦੀ ਹੋਈ। ਐਂਡੋਸਕੋਪੀ ਇਜ਼ ਏ ਇਨਵੈਸਟੀਗੇਸ਼ਨ ਟੂ ਰੂਲ ਆਊਟ ਕੈਂਸਰ ਇਨ ਅਪਰ ਪਾਰਟ ਆਫ ਦਾ ਬੋਡੀ। ਐਂਡੋਸਕੋਪੀ ਇੱਕ ਇੰਸਟਰੂਮੈਂਟ ਹੈ ਜਿਹੜਾ ਡਾਕਟਰ ਪਾਉਂਦਾ, ਉਹ ਡਾਕਟਰ ਦਾ ਨਾਮ ਕੀ ਹੈ, ਸਾਰੇ ਡਾਕਟਰ ਤਾਂ ਨਹੀਂ ਪਾ ਦੇਣਗੇ, ਗੈਸਟਰੋ ਐਂਟਰੈਲੋਜਿਸਟ। ਗੈਸਟਰੋ ਦਾ ਮਤਲਬ ਕੀ ਹੁੰਦਾ, ਜਿਵੇਂ ਅੰਗਰੇਜ਼ੀ ਦੇ ਵਿੱਚ ਸੋਰੀ ਹਰੇਕ ਚੀਜ਼ ਦਾ ਮਤਲਬ ਹੈ, ਗੈਸਟਰੋ ਦਾ ਮਤਲਬ ਹੈ ਜਿਵੇਂ ਤੁਸੀਂ ਪੜ੍ਹਿਆ ਮੈਡੀਕਲ ਹੋ ਤੁਸੀਂ ਸਟਮਕ ਮੈਦਾ, ਜਿਵੇਂ ਮੰਨ ਲਓ ਇਸ ਲੜਕੀ ਦਾ ਘਰ ਦਾ ਨਾਮ ਬਿੱਟੂ ਹੈ, ਤਾਂ ਸਟਮਕ ਦਾ ਘਰ ਦਾ ਨਾਮ ਗੈਸਟ੍ਰਿਕ ਹੈ, ਅਤੇ ਐਂਟੈਰੋ ਦਾ ਮਤਲਬ ਹੈ ਇੰਟੈਸਟਾਈਨ, ਆਂਤੜੀ ਦਾ ਘਰ ਦਾ ਨਾਮ ਨਿਕ ਨੇਮ ਇੰਟੈਰੋ ਹੈ, ਗੈਸਟਰੋ ਇੰਟੈਰੋਲੋਜਿਸਟ। ਜਿਹੜਾ ਮੈਦੇ ਅਤੇ ਆਂਤੜੀ ਦਾ ਸਾਇੰਟਿਸਟ ਡਾਕਟਰ ਹੋਏ ਉਹਦੀ ਬਿਮਾਰੀ ਬਾਰੇ ਦੱਸੇ ਤਾਂ ਉਹ ਐਂਡੋਸਕੋਪੀ ਕਰਦਾ। ਐਂਡੋਸਕੋਪੀ ਦੇ ਵਿੱਚ ਟੀ ਵੀ ਦੇ ਉੱਪਰ ਨਜ਼ਰ ਆ ਜਾਂਦਾ, ਟੀ ਵੀ ਦੇ ਨਾਲ ਅਟੈਚ ਹੁੰਦਾ ਕਿ ਆਹ ਅੰਦਰ ਕੋਈ ਚੀਜ਼ ਆ ਰਹੀ, ਉਹ ਕੁਆਇਲੀ ਜਿਹੀ ਚੀਜ਼ ਨਜ਼ਰ ਆਉਂਦੀ ਹੈ, ਜਿਵੇਂ ਆਹ ਦੇਖੋ ਆਹ ਵਾਲ ਨਜ਼ਰ ਆ ਰਹੀ, ਅਤੇ ਇਹਦੀ ਲਾਈਕ ਸ਼ੈਡੋ ਆ ਜਾਏਗੀ। ਸ਼ੈਡੋ ਆ ਗਈ ਤਾਂ ਫਿਰ ਆਪਾਂ ਨੂੰ ਸਰਜਰੀ ਕਰਨੀ ਪੈਂਦੀ ਹੈ, ਕਈ ਵਾਰੀ 5 ਕਿਲੋ 6 ਕਿਲੋ। ਅਤੇ ਇੱਕ ਬੈਕਟੀਰੀਆ ਹੁੰਦਾ ਜਿਹਦਾ ਨਾਮ ਹੈ ਆਪਣੇ ਵਾਲਾਂ 'ਚ ਵੀ ਹੈ ਆਪਣੀ ਸਕਿਨ 'ਤੇ ਵੀ, ਉਹਦਾ ਨਾਮ ਹੈ ਸਟੈਫੋਰੀਅਸ, ਜਿਵੇਂ ਇਹਨਾਂ ਦੇ ਪਿੰਪਲਸ ਹੈ, ਇਹ ਖਾਸ ਕਰ ਸਟੈਫੋਰੀਅਸ ਕਰੋ, ਇਹ ਜਿਹੜੇ ਪਿੰਪਲਸ ਹੈ ਨਾ ਇਹ ਕਿਹੜਾ ਬੈਕਟੀਰੀਆ ਕਰਦਾ, ਸਟੈਫੋਰੀਅਸ, ਸਟੈਫਲੋਕੋਕਸ। ਸਟੈਫਲੋ ਦਾ ਮਤਲਬ ਹੁੰਦਾ ਅੰਗੂਰ ਦੇ ਗੁੱਛੇ ਵਰਗਾ, ਇੱਕ ਤਾਂ ਹੁੰਦਾ ਆਹ ਅੰਗੂਰ ਦੇ ਗੁੱਛੇ ਜਿਹੜੇ ਹੈ, 4 ਅੰਗੂਰ ਅੱਗੇ ਹੈ 4 ਪਿੱਛੇ, 3D ਹੈ ਗੁੱਛੇ, ਠੀਕ ਹੈ। ਅਤੇ ਜਿਹੜੀ ਚੀਜ਼ ਗੁੱਛੇ 'ਚ ਹੋਵੇ ਅੰਗਰੇਜ਼ ਨੂੰ ਕਹਿੰਦੇ ਸਟੈਫ, ਸਟੈਫਲੋ, ਆਪਣੇ ਲਿਖਿਆ ਨਾ ਸਟੈਫਲੋ। ਅਗਰ ਕੋਈ ਚੇਨ ਵਿੱਚ ਹੋਵੇ ਤਾਂ ਉਹਨੂੰ ਕਹਿੰਦੇ ਹੈ ਸਟੈਪਟੋ, ਹਰੇਕ ਚੀਜ਼ ਦਾ ਮਤਲਬ ਹੈ। ਸਟੈਫਲੋ ਅੱਗੇ ਲਿਖਿਆ ਕੋਕਸ, ਕੋਕਸ ਦਾ ਮਤਲਬ ਗੋਲ ਚੀਜ਼, ਬੈਕਟੀਰੀਆ ਵਿੱਚ ਇਜ਼ ਫਾਊਂਡ ਇਨ ਸਫੈਰੀਗਲ ਦੈਟ ਇਜ਼ ਰਾਊਂਡ, ਤਾਂ ਸਟੈਫਲੋ ਕੋਕਸ ਓਰੀਸ ਬਹੁਤ ਹੈ ਸਾਡੇ ਇੱਥੇ ਪਿਆ ਸਕਿਨ 'ਚ, ਜਿੰਨਾ ਮਰਜ਼ੀ ਡਿਟੋਲ ਮਲੀ ਜੀ, ਬਸ ਉਹਦਾ ਵੇਟ ਕਰਦਾ ਕੋਈ ਸਕਿਨ 'ਚ ਕੱਟ ਪਏ ਅਤੇ ਅੰਦਰ ਵੜੀ, ਚਾਹੇ ਉਹ ਪਿੰਪਲ 'ਚ ਆ ਜੇ ਚਾਹੇ ਕਿਸ ਦੇ ਰੂਪ 'ਚ ਆ ਜੇ, ਪਸ ਬਣ ਜਾਂਦਾ ਇਹ ਅੰਦਰ ਚਲਾ ਜਾਂਦਾ। ਅੰਦਰ ਗਿਆ ਹੁਣ ਤੁਸੀਂ ਅੰਦਾਜ਼ਾ ਲਾ ਦਿਓ ਕੀ ਕਰੇਗਾ, ਪੂਰੀ ਸਟਮਕ ਨੂੰ ਬਲੌਕ ਕਰ ਦੇਗਾ, ਪਸ ਕਰ ਦੇਗਾ, ਫਿਰ ਹੋਰ ਸਿੰਪਟਮਸ ਆਉਣੇ ਸ਼ੁਰੂ ਹੋ ਜਾਣਗੇ, ਸਮਝ ਹੀ ਨਹੀਂ ਪਏਗੀ ਬੰਦਾ ਕਹੇਗਾ ਮੇਰੇ ਪੇਟ 'ਚ ਦਰਦ ਹੈ ਕਿੱਥੇ ਹੈ, ਕਦੀ ਕਿਹੜੇ ਡਾਕਟਰ ਕੋਲ, ਕਦੀ ਕਿਹੜੇ ਡਾਕਟਰ ਕੋਲ। ਤਾਂ ਰੈਪੈਨਜ਼ੋਲ ਸਿੰਡਰੋਮ ਬੇਸਿਕਲੀ ਇਟ ਇਜ਼ ਏ ਸਕੈਟਰਿਕ ਡਿਜ਼ੀਜ਼ ਹੀ ਹੈ, ਇੱਕ ਤਰ੍ਹਾਂ ਮਨੋਵਿਗਿਆਨਿਕ ਰੋਗ ਹੈ ਜਿਹਦੇ 'ਚ ਵਾਲ ਖਾ ਰਿਹਾ ਬੰਦਾ, ਐਂਗਜ਼ਾਇਟੀ ਹੋ ਰਹੀ, ਇਹਦਾ ਮਤਲਬ ਉਹ ਖੁਰਕ ਜਿਹੀ ਉੱਡਦੀ ਹੈ ਦੁਬਾਰਾ ਦੁਬਾਰਾ ਉਹ ਕਰਨ ਨੂੰ, ਕੋਈ ਕੋਈ ਵੀ ਕਰਕੇ ਇਵੇਂ ਇਵੇਂ ਕਰੀ ਜਾਏਗਾ। ਜ਼ਿਆਦਾਤਰ ਬੱਚੇ ਮੈਂ ਦੇਖੇ ਹੈ ਜਦੋਂ ਕੋਈ ਚੀਜ਼ ਸਮਝ ਰਿਹਾ, ਟੀਚਰ ਦੀ ਕੋਈ ਗੱਲ ਸਮਝ ਰਹੇ ਹੈ, ਸਾਰੇ ਬੈਠੇ ਹੈ, ਤਾਂ ਜਿਨ੍ਹਾਂ ਨੂੰ ਮੰਮੀ ਨਾਲ ਬਹੁਤ ਪਿਆਰ ਹੈ, ਇਨਸਕਿਉਰਿਟੀ ਹੈ, ਵੱਡੇ ਹੋ ਗਏ ਥੰਬ ਸਕਿੰਗ ਹਟਾਉਣਾ ਹੈ, ਕਿਉਂਕਿ ਤੁਹਾਡੇ ਪਰਸਨੈਲਿਟੀ ਡਿਸਆਰਡਰ ਹੋ ਜਾਏਗਾ ਨਾ, ਤੁਸੀਂ ਇਹ ਚੀਜ਼ ਰਿਪੀਟ ਕਰੋਗੇ ਤਾਂ ਸਾਹਮਣੇ ਵਾਲਾ, ਹੁਣ ਤੁਸੀਂ ਕਿਸੇ ਅੱਛੇ ਔਫਿਸ ਜਾਂ ਨੈਣੀ ਦੇ ਤੌਰ 'ਤੇ ਵੀ ਹੋ, ਕੁਛ ਵੀ ਹੋ, ਅਗਰ ਤੁਸੀਂ ਇਵੇਂ ਦੀ ਹਰਕਤ ਕਰੋਗੇ ਸਾਹਮਣੇ, ਖਾਸ ਕਰ ਅੰਗਰੇਜ਼ ਇਸ ਨੂੰ ਐਟੀਕੇਟਸ ਦੇ ਵਿੱਚ ਲੈਂਦੇ ਹੈ ਕਿ ਮਤਲਬ ਐਟੀਕੇਟਸ ਨੇ, ਐਵੇਂ ਐਵੇਂ ਕਰੀ ਜਾ ਰਹੇ, ਉਹ ਉਦੋਂ ਉਹਦੇ ਪਿੱਛੇ ਕੁਛ ਹੋਰ ਚੱਲ ਰਿਹਾ ਦਿਮਾਗ 'ਚ, ਉਹ ਪੜ੍ਹਨਾ ਆਪਾਂ ਨੇ। ਨੈਣੀ ਇਜ਼ ਨੋਟ ਕੰਸਰਨ ਕਿ ਤੁਸੀਂ ਕੋਰਸ ਕੀਤਾ ਅਤੇ ਗਏ,
ਤੁਹਾਡੀ ਅਲਾਈਨਮੈਂਟ ਇਹ ਹੈ ਕਿ ਉਸ ਬੱਚੇ ਦੀ ਕੇਅਰ ਕਰਨੀ ਕਿ ਉਹ ਕੋਈ ਐਸੀ ਹੈਬਿਟ ਨਾ ਕਰੇ, ਜਿਵੇਂ ਕਿ ਕੁਛ ਇਹੋ ਜਿਹਾ ਬੱਚਾ ਜਾਂ ਛੋਟਾ ਬੱਚਾ ਹੈਗਾ ਤਾਂ ਉਹਨਾਂ ਨੇ ਕੀ ਕਰਨਾ ਹੈਗਾ, ਚਾਕ ਜਾਂ ਸਲੇਟੀ ਪਈ ਹੈ ਉਹਦੇ ਨਾਲ ਕੁਛ ਕਰੀ ਜਾਣਾ। ਫਿਰ ਉਸ ਤੋਂ ਬਾਅਦ ਉਹ ਛੋਟੇ ਬੱਚੇ ਦਾ 3-4 ਸਾਲ ਦੀ ਆਦਤ ਹੁੰਦੀ ਹੈ ਕਿਸੇ ਸੁਰਾਖ ਵੱਲ ਨੂੰ ਜਾਣਾ, ਜਾਂ ਤਾਂ ਪਾਵਰ ਵਾਲਾ ਜਿਹੜਾ ਉਹਦੇ 'ਚ ਉਂਗਲ ਦੇਵੇਗਾ ਜਾਂ ਕੋਈ ਲੋਹੇ ਦੀ ਚੀਜ਼ ਵਿੱਚ ਪਾ ਦੇਗਾ, ਉੱਥੇ ਤੁਸੀਂ ਸੈਲੋ ਟੇਪ ਲਾਉਣੀ ਜਾਂ ਨੱਕ 'ਚ ਘਸੋੜ ਦੇਵੇ, ਜਾਂ ਤਾਂ ਆਹ ਵਾਲਾ ਪੋਰਸ਼ਨ ਕੋਪਲਾ ਚਲਾ ਗਿਆ ਕੈਪ ਹੀ ਨੱਕ 'ਚ ਵੜੀ। ਜਦ ਤੱਕ ਡਾਕਟਰ ਆਏਗਾ ਪੇਰੈਂਟ ਤਦ ਤੱਕ ਉਹਦਾ ਸਾਹ ਬਲੋਕ ਹੋ ਜਾਣਾ, ਉਦੋਂ ਤੁਸੀਂ ਉੱਥੇ ਫਸਟ ਏਡ ਨਹੀਂ ਕਿ ਕਿਵੇਂ ਥੱਪਿੰਗ ਕਰਕੇ ਉਹਦਾ ਰੋਕਣਾ। ਜਿਵੇਂ ਕਿ ਆਪਣੀ ਗੱਲ ਲੈ ਲਓ, ਮਨੋਜ ਦੇਖਿਆ ਵਾ, ਮਨੋਜ ਲੜਕਾ ਜਿਹੜਾ ਉੱਧਰ ਰਹਿੰਦਾ, ਉਹਦੇ ਬੱਚਿਆਂ ਨੇ ਇੱਕ ਕੀ ਪਈ ਸੀ, ਛੋਟਾ ਜਿਹਾ ਬੱਚਾ ਹੈਗਾ, ਕਿੰਨੇ ਸਾਲ ਦਾ ਸਰ? 4 ਸਾਲ ਦਾ ਜੀ। 4 ਸਾਈਕਲ ਦੀ ਕੀ ਹੈ ਉਹਦਾ ਕੀ ਬੜਾ ਸੋਹਣਾ, ਉਹਨੇ ਉਹਦੇ ਵੱਲ ਦੇਖਿਆ ਰੈਬਿਟ ਜਿਹਾ ਹੈਗਾ, ਉਹ ਚਬਾਉਣ ਲੱਗ ਗਿਆ ਰੈਬਿਟ ਦੇ, ਉਹਦੇ ਦੱਦੀਆਂ ਨਿਕਲ ਗਈਆਂ, ਅੰਦਰ ਨਿਕਲ ਗਈਆਂ। ਉਹਦੀ ਵਾਈਫ ਨੇ ਇੱਕਦਮ ਹਿੰਮਤ ਕੀਤੀ, ਉੱਥੇ ਲੱਤਾਂ ਤੋਂ ਫੜ ਕੇ 2 ਪਿੱਛੇ ਮਾਰੀਆਂ ਪਿੱਠ 'ਤੇ, ਜੰਪ ਕਰਕੇ ਪਾ ਰਹੇ, ਨਹੀਂ ਤਾਂ ਅਗਰ ਫੇਫੜੇ ਵੱਲ ਚਲੇ ਜਾਂਦਾ ਮਰ ਜਾਣਾ ਸਾਰੀ। ਹੁਣ ਉਹ ਜਦ ਤੱਕ ਡਾਕਟਰ ਆਏਗਾ, ਅੱਛਾ ਬੱਚੇ ਨੂੰ ਤੁਸੀਂ ਕਹੋਗੇ ਨੱਕ 'ਚ ਕੁਛ ਪਾਇਆ, ਤੁਸੀਂ ਕਹੋਗੇ ਕੱਢ ਇਸ ਤਰ੍ਹਾਂ, ਤਾਂ ਅਗਰ ਥੋੜ੍ਹਾ ਜਿਹਾ ਵੀ ਸਿਆਣਾ ਹੋਏਗਾ ਨਾ ਉਲਟਾ ਲਏਗਾ, ਹਾਂ ਕੱਢ ਨਹੀਂ ਸਕਦਾ। ਤੁਸੀਂ ਵੀ ਅਗਰ ਦੇਖੋ ਤਾਂ ਸ਼ੁਰੂ 'ਚ ਆਪਾਂ ਨੂੰ ਆਦਤ ਹੁੰਦੀ ਹੈ ਇਹ ਕੰਫਰਟੇਬਲ ਹੈ, ਨੀਚੇ ਨਹੀਂ ਕਰਨਾ ਆਉਂਦਾ ਸਾਨੂੰ, ਉਹਦੇ ਕਰਕੇ ਉਹ ਚੀਜ਼ ਹੋਰ ਪਿੱਛੇ ਚਲੀ, ਇੱਥੇ ਜਾ ਕੇ ਬਲੋਕ ਹੋ ਜਾਂਦਾ। ਆਲਮੋਸਟ ਫਸਟ ਏਡ ਦੇ ਨਾਲ ਹੀ ਸੰਬੰਧਿਤ ਆਉਂਦੀ ਹੈ ਇਹ ਜਿਹੜੀ ਸਿੰਡਰੋਮ ਹੈ, ਸਕੈਟਰਿਕ ਹੈ, ਇਸ ਕਰਕੇ ਆਪਾਂ ਉਹਦੇ ਪੇਰੈਂਟਸ ਨੂੰ ਇਹ ਦੱਸਣਾ ਕਿ ਆਹ ਚੀਜ਼ ਇਹ ਹੋ ਰਹੀ ਹੈ, ਇਹਨੂੰ ਰੋਕਣਾ। ਕਈ ਤਾਂ ਇੱਥੋਂ ਤੱਕ ਕਿੱਥੇ ਮਿਰਚਾਂ ਲਗਾ ਦਿੰਦੇ, ਕੁਛ ਨਸ਼ਾਦਰ ਲਗਾ ਦਿੰਦੇ, ਕਿਉਂਕਿ ਬੰਦਾ ਕਿਉਂਕਿ ਕਰੇਜ਼ ਆਉਂਦੀ, ਖਰਾਬ ਆਉਂਦੀ। ਇਹਨੂੰ ਕਹਿੰਦੇ ਆ ਵੈਸੇ ਓਸੀਡੀ, ਓਬਸੈਸਿਵ ਕੰਪਲਸ ਡਿਜ਼ੀਜ਼, ਓਸੀਡੀ ਓਬਸੈਸਿਵ ਕੰਪਲਸਿਵ ਡਿਜ਼ੀਜ਼ ਜਾਂ ਨਰਵਸ ਡਿਸਆਰਡਰ। ਜਿਵੇਂ ਕਿ ਕੁਛ ਚਿਰ ਬਾਅਦ ਨਾ ਤੁਸੀਂ ਆਪਣੇ ਪੀ ਜੀ 'ਚ ਬੈਠੇ ਹੋ, ਕੁਛ ਬਾਅਦ ਤੁਸੀਂ ਕੀ ਕਰੋਗੇ, ਜਾ ਕੇ ਸ਼ੀਸ਼ੇ 'ਚ ਆਪਣਾ ਮੂੰਹ ਵੇਖੋਗੇ, ਫਿਰ ਸਾਬਣ ਨਾਲ ਮਲਿਆ, ਅੱਛਾ ਜੋ ਜਿਹੜੀ ਟੀਨ ਏਜ ਹੈ ਉਹ ਦੁਬਾਰਾ ਸਾਬਣ ਹੋ ਕੇ ਫਿਰ ਸ਼ੀਸ਼ੇ ਨੂੰ ਦੇਖਣਾ ਹੈ, ਵਾਰ ਵਾਰ ਦੇਖਣਾ, ਇੱਕ ਲੈਵਲ ਤੋਂ ਕਰੋਸ ਹੋ ਜਾਂਦਾ, ਜਾਂ ਬਾਰ ਦਾ ਦਰਵਾਜ਼ਾ ਬੰਦ ਕੀਤਾ ਫਿਰ ਵਾਰ ਵਾਰ ਚੈੱਕ ਕਰਨਾ ਕਿ ਹੋਇਆ ਕਿ ਨਹੀਂ। ਉਹ ਗੀਜ਼ਰ ਨਾਲ ਇਹ ਓਬਸੈਸਿਵ ਕੰਪਲਸਿਵ ਨਰੋਸਿਸ ਜਾ ਰਹੇ, ਅਗਰ ਸਹੀ ਮੰਨੋ ਤਾਂ ਪਾਗਲ ਅਤੇ ਜਿਹੜਾ ਨਹੀਂ ਪਾਗਲ ਉਹਦੇ 'ਚ ਸਿਰਫ ਇੱਕ ਥਿਨ ਲਾਈਨ ਡਿਮਾਰਕੇਸ਼ਨ ਹੈ, ਪਾਗਲ ਦੀ ਡੈਫੀਨੇਸ਼ਨ ਦੇਣੀ ਬੜੀ ਮੁਸ਼ਕਿਲ ਹੈ। ਇਹਦਾ ਇਹ ਮਤਲਬ ਨਹੀਂ ਕਿ ਆਪਾਂ ਪਾਗਲ ਹੋ ਗਏ, ਕੁਛ ਸਿੰਪਟਮ ਆਪਾਂ ਸ਼ੋ ਕਰਦੇ ਹਾਂ ਕਦੀ ਕਦੀ ਜ਼ਿੰਦਗੀ ਦੇ ਵਿੱਚ, ਜਿਵੇਂ ਗੁੱਸਾ ਵੀ ਜਿਹੜਾ ਹੈਗਾ ਪਾਗਲਪਨ ਦੀ ਨਿਸ਼ਾਨੀ ਹੈ ਇੱਕ ਤਰ੍ਹਾਂ ਦੀ। ਅਗਰ ਥੋੜ੍ਹੇ ਚਿਰ ਤੱਕ ਰਹਿੰਦਾ ਅਤੇ ਵਾਪਸ ਆ ਜਾਂਦੇ ਤੁਸੀਂ, ਤਾਂ ਤੁਸੀਂ ਵਾਪਸ ਆ ਗਏ ਘਰ 'ਚ ਸਹੀ ਟਾਈਮ, ਅਗਰ ਲੰਬੇ ਟਾਈਮ ਤੱਕ ਤੁਸੀਂ ਉੱਧਰ ਰਹਿ ਗਏ ਗਏ ਤਾਂ ਇਸ ਤਰ੍ਹਾਂ ਹੀ ਜਿਹੜੇ ਬੱਚੇ ਹੈਗੇ ਉਹ ਰਿਪਲਸ ਕਰਦੇ ਆ। ਓਬਸੈਸਿਵ ਕੰਪਲਸਿਵ ਨਰੋਸਿਸ ਦਾ ਕਈ ਉਦਾਹਰਨ ਹੈ, ਉਹਦਾ ਜਿਹੜਾ ਬੱਚਾ ਡਿਵੈਲਪ ਹੋ ਰਿਹਾ ਉਹਦੇ ਮਾਈਲ ਸਟੋਨ ਹੁੰਦੇ ਆ ਉਹਨਾਂ ਨੂੰ ਦੇਖਣਾ ਹੁੰਦਾ, ਤਾਂ ਇਹ ਇੱਕ ਐਸੀ ਡਿਜ਼ੀਜ਼ ਹੈ ਕਿ ਬੱਚੇ ਦੀ ਤੁਸੀਂ ਇੱਕ ਤਾਂ ਡਿਸਟ੍ਰੈਕਸ਼ਨ ਕਰਨੀ ਹੈ। ਜਿੰਨੇ ਵੀ ਸਕੈਟਰਿਕ ਡਿਸਆਰਡਰਸ ਹੈ ਨਾ, ਚਾਹੇ ਤੁਹਾਨੂੰ ਹੈ, ਪਹਿਲਾਂ ਤਾਂ ਇਹਨੂੰ ਅਸੈਪਟ ਨਹੀਂ ਕਰਦੇ ਅਸੀਂ, ਅਸੈਪਟ ਦਾ ਮਤਲਬ ਹੈ ਕਿ ਸਾਨੂੰ ਇਹ ਬਿਮਾਰੀ ਨਹੀਂ ਹੈ, ਅਸੀਂ ਕੋਈ ਪਾਗਲ ਥੋੜ੍ਹੇ ਹਾਂ, ਪਰ ਮਨੁੱਖ ਹੈ, ਮਨੁੱਖ ਦਾ ਮਤਲਬ ਵਿਗਿਆਨਿਕ ਰੂਪ ਦੇ ਨਾਲ ਜਦੋਂ ਵੀ ਵਿਹਲਾ ਬੈਠੇਗਾ ਕੁਝ ਗਲਤ ਕਰੇਗਾ, ਕਾਗਜ਼ ਵੀ ਖਾਈ ਜਾਏਗਾ, ਸਲੇਟੀ ਖਾ ਲਏਗਾ, ਸਫੈਦੀ ਖਾ ਲਏਗਾ, ਹੋਰ ਕੋਈ ਨਹੀਂ, ਮਤਲਬ ਮੋਬਾਈਲ ਦਾ ਜਿਹੜਾ ਕਵਰ ਹੈ ਉਹਦੇ ਨਾਲ ਪੰਗੇ ਲਈ ਜਾਏਗਾ, ਉਹਦੇ ਉੱਤੇ ਕੁਛ ਨਾ ਕੁਛ ਕਰੀ ਜਾਏਗਾ, ਸੈਲਫੀਆਂ ਲਈ ਜਾਏਗਾ। ਸੈਲਫੀ ਇਜ਼ ਆਲਸੋ ਇਹ ਸੋਰਟ ਆਫ ਇੱਕ ਲੈਵਲ 'ਤੇ ਜਾ ਕੇ ਬਹੁਤ ਜ਼ਿਆਦਾ ਕਰਨਾ ਸੈਲਫੀ ਵੀ, ਕਿਉਂਕਿ ਤੁਸੀਂ ਮੰਨ ਲਓ ਕਿਤੇ ਚੰਡੀਗੜ੍ਹ ਜਾਂ ਕਿਤੇ ਹਿਲ ਸਟੇਸ਼ਨ ਗਏ, ਤੁਸੀਂ 3 ਦਿਨ ਲਈ ਗਏ ਘੁੰਮਣ ਲਈ ਪੇਰੈਂਟਸ ਦੇ ਨਾਲ, ਤੁਸੀਂ ਨੋਟ ਕਰੋਗੇ ਅਗਰ ਤੁਹਾਡੇ ਕੋਲ 12 ਘੰਟੇ ਸੀ ਤਾਂ 9 ਘੰਟੇ ਤੁਸੀਂ ਫੋਟੋਆਂ ਖਿੱਚ ਕੇ ਦੂਜੇ ਨੂੰ ਭੇਜੇ ਜਨਾਬ, ਅਤੇ ਅੱਖਾਂ ਨਾਲ ਦੇਖੇ ਨਹੀਂ ਤੁਸੀਂ ਉਹ ਨਜ਼ਾਰੇ, ਲਾਈਵ ਚੀਜ਼ ਤੁਸੀਂ ਦੇਖਣਾ ਨਹੀਂ ਪਸੰਦ ਕਰਦੇ, ਤੁਸੀਂ ਕਹਿੰਦੇ ਆਹ ਇਹ ਚੀਜ਼ ਹੈ ਇਹਨੂੰ ਮੈਂ ਖਿੱਚ ਕੇ ਉਹਨੂੰ ਭੇਜਦਾ, ਇਹਦਾ ਮਤਲਬ ਤੁਸੀਂ ਇੰਜੋਏ ਨਹੀਂ ਕੀਤਾ, ਇਹ ਵੀ ਓਬਸੈਸ਼ਨ ਹੈ, ਓਬਸੈਸ਼ਨ ਹੈ। ਉਹਦੇ ਵਿੱਚ ਉਹ ਲੜਕੀ ਨੂੰ ਏਰੋਟੋਮੀਨੀਆ ਕਰਦਾ, ਸੈਂਸ ਆਫ ਬੀਂਗ ਲਵਡ ਬਾਈ ਗਰਲ, ਉਹਦੇ ਮਨ 'ਚ ਹੀ ਖਿਆਲ ਆਉਂਦਾ ਕਿ ਲੜਕੀ ਮੈਨੂੰ ਪਿਆਰ ਕਰਦੀ, ਉਹ ਇਹ ਸੋਚਦਾ ਹੀ ਨਹੀਂ ਕਿ ਉਹ ਕਰਦੀ ਹੈ ਕਿ ਨਹੀਂ। 1-way ਟ੍ਰੈਫਿਕ, ਸੈਂਸ ਆਫ ਬੀਂਗ ਲਵਡ ਬਾਈ ਸਮਵਨ, ਉਸ ਤੋਂ ਬਾਅਦ ਜਦੋਂ ਉਹ ਨਾ ਕਰਦੀ ਉਹ ਮਾਰਦਾ, ਉਹਦੀ ਫੀਲਿੰਗ ਆਉਂਦੀ ਨਾ ਅੰਦਰੋਂ, ਜਦੋਂ ਜੋ ਚੀਜ਼ ਦੇਖੋ ਪਹਿਲੀ ਚੀਜ਼ ਹੈ ਥੋਟ, ਥੋਟ ਕੀ ਹੁੰਦੀ ਹੈ, ਸੋਚ, ਸੋਚ ਦਾ ਇੱਕ ਆਈਡੀਆ ਆਏਗਾ, ਅਗਰ ਇਹ ਪ੍ਰਲੋਂਗ ਹੁੰਦੀ ਗਈ, ਕੋਈ ਥੋਟ ਫਿਕਸ ਹੁੰਦੀ ਗਈ, ਤਾਂ ਫਿਰ ਤੁਸੀਂ ਸਟੈਟਿਕ ਡਿਸਆਰਡਰ 'ਚ ਚਲੇ ਗਏ। ਇਸ ਕਰਕੇ ਡਿਸਟਰੈਕਟ ਕਰਨਾ ਜ਼ਰੂਰੀ ਹੈ, ਸੋਚ ਨੂੰ ਤੋੜਨਾ ਜ਼ਰੂਰੀ ਹੈ, ਉਸ ਚੇਨ ਨੂੰ ਕਿਵੇਂ ਘੁੰਮਦੀ ਹੈ।
अगर डिस्ट्रैक्ट नहीं करोगे, डिस्ट्रैक्ट किवें कीता जांदा, थोड़ा जिहा नैट कर लो, जां नैट कर रहे हो ज्यादा अलग हो जाओ एकदम गार्डनिंग करनी शुरू करो। डिस्ट्रैक्ट नहीं करोगे, अपना ध्यान नहीं तोड़ोगे किसी म्यूजिक नाल या कोई होर अच्छी हैबिट दे नाल, ये चीज़ा पक जाएंगी फिर नहीं जाएंगी, बिहेवियर डिसऑर्डर हो जाता, क्योंकि तुम दूजे बंदे नूं तंग कर दोगे मैरिज लाइफ च। ये सेम है वो बच्चा भी, कोई भी पेरेंट नहीं चाहता कि उसका बच्चा यह डिस्ट्रैक्शन उसकी नैनी ना कर पाए, तो तुम एज ए मदर एज ए फादर उसे टीच करना जिवें जिवें आप ब्रिंगिंग कर रहे हो, क्योंकि तुम उसकी इमोशनल फीडबैक भी देनी है। ये तो नहीं पहला ध्यान रखना, ध्यान रखना तो बड़ी अलग जी गल है, ठीक है, क्लीयर है ना। तो यह जो डिसऑर्डर है मोस्टली जो जिद बाल बंदा खाना शुरू हो जाता, तो इस तरह की होर भी चीज़ें जी आप पढ़ा, ये पहली चीज़ ये देखनी कि बच्चे की साइकोलॉजी किस तरह चल रही है, वो पेरेंट्स के डिसहारमोनी तो नहीं चल रही, डिसहारमोनी का मीनस ये खास कर भी उन्होंने कोई झगड़ा तो नहीं चलता, अगर उन्होंने झगड़ा होएगा बच्चा सिक्योर नहीं महसूस कर रहा, या वो कोई रिलेशन है मामा चाचा ताया उसनों कुछ एक्सप्लाइट कर रहा है, तो छोटे बच्चे एक्सप्लाइट करते हैं नेड़े के रिलेटिव एक्सप्लाइट करते हैं बड़े सेंस के, जिमें एक लड़का तो लड़की है भैन भरा ही है छोटे हैं घर कोई नहीं आता नेड़े नेड़े वे होकर चलते हैं, तो तुम नैट पर पा के देखना अज की असाइनमेंट है इनसेस्ट, ये फॉरन कंट्री ची हर जगह पर इनसेस्ट साइट्स देखते हैं कुछ ऐसा वो तो प्रोनोग्राफिक हो गई, इनसेस्ट मीनस अपने नेड़े रिलेशन भैन भरावान का ही आपस अट्रैक्शन हो जाए, इट इज किलर समाजिक तौर पर तो सारे इंडिया जी माड़ा ही मनिया जाता इनसेस्ट में, इनसेस्ट मीनस लव हो जाए तो अगे तक चला जाए, अब नैनी का की काम है योजे रिलेशन कंटेल करें इस बैड बैड व्यू में दसना बच्चे को पता हौली हौली चीज इनसेस्ट अगर कितने मैरिज में कन्वर्ट होती है, अगर तुम्हें देखना है इनसेस्ट इन सैलीब्रिटीज कि लोगों ने कर लिया विह इस तरह भैन भरावान ने, एक साइंटिफिक की नुकसान है ये वेरिएशन नहीं पैदा होती, वेरिएशन मीनस ये भिन्नता नहीं है, नेचर इसको डिसलाइक कर रही है, वो कहें कि चीज़ा अलग अलग आन दूरों दूरों क्रॉस हो चाहे वो डंगर का क्रॉस है चाहे कुत्ते का चाहे मज का चाहे बंदे का, अगर भिन्नता ही नहीं है तो सर्वाइव भी नहीं करेगा, भिन्नता मतलब मैं थोड़े नालों डिफरेंट तुम मेरे नालों डिफरेंट हो, ठीक है, इस तरह ही अपनी प्रोटीन डिफरेंट है, फिर तुम्हारे भैन भरा घट डिफरेंट है आपस के नेड़े मामे चाचे घट डिफरेंट, इसी करके ईवन जो प्लांट्स भी है एग्रीकल्चर यूनिवर्सिटी के उन्होंने इनब्रीडिंग नहीं करते, इनब्रीडिंग नेड़े के प्लांट्स क्रॉस नहीं करते, आउट ब्रीडिंग करते दूर करते ताकि नवी वरायटियां पैदा हो, उन्होंने नवे चैलेंज है अडेप्टेशन एनवायरमेंट चेंज हो रहा है वो लड़ सकन रोज़ के कंपीटिशन, ठीक है जी। तो बेसिकली की है इनसेस्ट भी एक सही मायने के बंद का होगा स्कैटरिक डिसऑर्डर, इस तरह एक पढ़ना पीडोफीलिया है, मतलब किसी भी इंसान का लड़की का या लड़की का किसी छोटे बच्चे वाल अट्रैक्ट हो जाओ वेरी डेंजरस, आप रोज न्यूज सुनते अपने होर आप लड़किया समझाते हैं नहीं किसी को नहीं जाना आप फलाना जिमें अपने टीवी वगैरह के उत्ते आता, ये वो बंदा नहीं कर रहा, वो बायोकेमिस्ट्री दिमाग नहीं कर रही है, वो मानसिक तौर पर बीमार है, पीडोफीलिया चिल्ड्रन नाल अट्रैक्ट हो रहा है एक साल के दो साल के चार साल के, ये भी स्कैटरिंग डिसऑर्डर है, जिन्नी जल्दी स्कैटरिंग डिसऑर्डर तुम आइडेंटीफाई कर दोगे दस दोगे स्कैटरिंग वाले बंदे को लैके जाना, पर जो अपने पंजाब या इंडिया में किसी को स्कैटरिंग को दिखाना होंगे काउंसलिंग वास्ते ये कंसंट्रेशन नहीं बन रही या ये लड़की रोंदी रहती है या लड़का रोंदा रहता है या उदास रहता है या बहुत ज़्यादा पाठ करता भगवान को ज़्यादा मनता या बिल्कुल ही नहीं भगवान को मनता, ये भी स्कैटरिंग डिसऑर्डर है, इन नींद नहीं आती होर बड़िया चीज़ा है, तो स्कैटरिंग वाले को जो लैके आप सोचते हैं कि वो पागल है वो पागलाना डॉक्टर है, नहीं नहीं ये नहीं सोचना चाहिए क्योंकि एक टैग लगे हुआ भी वो पागलाना डॉक्टर है, तो वो हरेक बंद होंगे कि चाहे नशे की दवाई दिता है पागल बंद वो असं काउंसलिंग नाल भी ठीक करते हैं, काउंसलिंग भी बंद समझाते हैं देखते हैं वो जिंदगी दे विच कोई टीचर द्वारा या कोई सीनियर द्वारा कोई अब्यूज तो नहीं किया गया, अब्यूज का मतलब गाल नहीं कटी गई कोई मिसबिहेव जिद करके वो दस नहीं पा रहा या दस नहीं पा रही, वो फिर बच्चे ये चीज़ों तो प्रोटेक्ट कर, ठीक है। आ डिसऑर्डर निकलिया कितने फिजिकली निकलिया, पेट दर्द हो रहा, तो बच्चा वाल खा रहा है
ਜਾਂ ਸਲੇਟੀ ਖਾ ਰਿਹਾ, ਆਹ ਹੋਇਆ। ਪਰ ਹੋਇਆ ਕਿਸ ਕਰਕੇ? ਇੱਕ ਬੈਡ ਈਟਿੰਗ ਹੈਬਿਟ ਹੈ ਕਿ ਵਾਲ ਖਾਈ ਜਾ ਰਹੇ। ਠੀਕ ਹੈ ਜੀ, ਆਫ ਕਰੋ।